ਹਾਂਜੀ ਮੈਂ ਛੋਡਾ ਆਪਣਾ ਗੁਰਪੇ ਛੋਟਾ ਬਣਾ ਵਾਲੀ ਤੇ ਅੱਜ ਮੈਂ ਬਲੌਗ ਬਣਾਉਣ ਜਾ ਰਹਾਂਗਾ ਤੇ ਪਹਿਲੀ ਗੱਲ ਤਾਂ ਐਦਾ ਵੱਡਾ ਆਪਣਾ ਨਾਗਾ ਛੋਪਲ ਛਤਾਰਾ ਜੀ ਕਲਾਕਾਰ ਆ ਜੋ ਕਿ ਮੋਦੀ ਨੇ ਲਾਕਡਾਊਨ ਲਾਇਆ ਲਾਕਡਾਊਨ ਦੇ ਕਰਕੇ ਸਾਰੇ ਕੰਮ ਆ ਗਏ ਬੰਦ ਤੇ ਮੁਸ਼ਕਿਲ ਨਾ ਤਾਂ ਕੋਈ ਪ੍ਰਯੋਗਦਾਮ ਲੱਗਿਆ ਤੇ ਨਾ ਹੀ ਕੁਝ ਚੱਲਿਆ ਫੇਕ ਦੇ ਕਰੋਨਾ ਦੀ ਬਿਮਾਰੀ ਛੇਲਤੀ ਤੇ ਉਹ ਉਹ ਵੀ ਕਦੇ ਬੈਠੇ ਦਾ ਇਹ ਤੇ ਹੁਣ ਗਾਹਾਂ ਥੋਦਾ ਜੇ ਕੰਮ ਪਖਿਆ ਸੀਗਾ ਹੁਣ ਗਾਹਾਂ ਨਲ ਮਾ ਬੇਕਾਰ ਦੇਤਾ ਆ ਦੇਖੋ ਕਾਹੇ ਜੇ ਫੋਟਾ ਤੁਸੀਂ ਦੇਖ ਸਕਦੇ ਹੋ ਤੇ ਨਾ ਕੋਈ ਚੱਜ ਦਾ ਨਲ ਮਾ ਗਿਆ ਤੇ ਨਾ ਵਧੀਆ ਜਿਹਦਾ ਕਿ ਆਏ ਛਾਲ ਹਰੇਕ ਬੰਦਾ 20000 ਦਾ ਕੰਮ ਕਰਦਾ ਸੀ ਐ ਕਿਤੀ ਮਾਛਾ ਚਾਰ 5000 ਦਾ ਕਰੂਗਾ ਜਿੱਥੇ ਅੱਗੇ ਲੋਕ ਦੋ ਦੋ ਮਨਰ ਮਾ ਚੁਗਦੇ ਇੱਕ ਜਣਾ ਹੁਣੇ ਛਾਦੀ ਵੱਡੇ ਵੱਡੇ ਚਗਾਵੇ ਵੀ 10 10 ਕਿਲੋ ਨਰਮਾ ਚੁਗਦੇ ਆ ਜੇ ਅਸੀਂ ਕਹਿੰਦੇ ਅਧਹਾੜੀ ਤੇ ਆਉਣੇ ਅਬਈ ਛੋਡੇ ਤੇ ਅਗਲਾ ਫੇਰ ਕਰਦਾ ਗੁੱਛਾ ਤੇ ਨਾ ਉਹਨਾਂ ਕੰਮ ਹੁੰਦਾ ਗਿਆ ਤੇ ਐਤੀ ਜਮਈ ਮੋਦੀ ਨੇ ਹੇ ਆਹ ਜਿਆ ਕੰਮ ਕਰਤਾ ਤੇ ਲੋਕਾਂ ਦਾ ਤਾਂ ਕੰਮ ਜੱਟਾਂ ਦਾ ਤਾਂ ਕਰ ਨਹੀਂ ਸੀ ਨਾ ਗਰੀਬਾਂ ਨੂੰ ਵੀ ਝਟਕਾ ਬਹੁਤ ਲੱਗਿਆ ਗਿਆ ਤੇ ਜਿੱਥੇ ਮੈਂ 20000 ਦਾ ਕੰਮ ਹੁੰਦਾ ਸੀਗਾ ਲੋਕਾਂ ਦਾ ਹਰੇਕ ਬੰਦੇ ਦਾ ਅੱਜ 2-2000 5-5000 ਦਾ ਕੰਮ ਹੁੰਦਾਗਾ ਤੇ ਅੱਜ ਅਸੀਂ ਆਏ ਹੋਇਆ ਤੇ ਨਾਲੇ ਸਾਦਾ ਵੀ ਆ ਗਿਆ ਤੇ ਦੇਖੋ ਜੀ ਉਹ ਵੀ ਤੋੜ ਦੇਦਾ ਹਾ ਤਿੰਦੇ ਅੱਗੇ ਤਾਂ ਲੋਕ ਚੋਕਦੇ ਨਾਲ ਉਹ ਕਰਦੇ ਹੁਣ ਅਛਾ ਨੂੰ ਢਿੰਡੇ ਹੀ ਤੋਰਨੇ ਪੈ ਜਾਂਦੇ ਆ ਤੇ ਹੱਥ ਖਾਲੇ ਛੱਕਰੀਆਂ ਨੇ ਤੇ ਵੱਦ ਤੋਂ ਵੱਦ ਵੀਡੀਓ ਤੁਸੀਂ ਮੋਦੀ ਤੱਕ ਭਜਾਉਣ ਦੀ ਕਿਰਪਾ ਕਰਿਓ ਗਾਹਾਂ ਨੂੰ ਇਦੋਂ ਵੀ ਵਧੀਆ ਨਰਮਾ ਦੇਵੇ ਐਤੀ ਤਾਂ ਜੋ ਕੁਝ ਕਰਨਾ ਸੀ ਕਰਤਾ ਉਹਨੇ ਤੇ ਬਹੁਤ ਫੁੱਦੂ ਬੰਦਾ ਮੋਦੀ ਤੇ ਘੱਤੀਆ ਅਨਛਾਣਾ ਜੀ ਤੇ ਬਹੁਤ ਘਛਾਣਾ ਵਾਸਤੇ ਮੈਂ ਗਾਣੇ ਵੀ ਲਿਖਿਆ ਤੇ ਪਾਈ ਵੀ ਆ ਤੁਸੀਂ YouTube ਤੇ ਜਾ ਕੇ ਦੇਖ ਸਕਦੇ ਹੋ ਥੈਂਕ ਜੂ ਦਿਲੋ ਲਵ ਜੂ